अज सरकारी हाई स्कूल कोट गंगू राय विखे वड्डे साहिबजादियां ते छोटे साहिबजादियां दी लसानी शहादत दे संबंध विच वाहिगुरु जी दा जाप कीता गया। इस उपरंत अध्यापकां वल्लों बच्चों नूं सिख धर्म बारे जानकारी दित्ती गई। गौरतलब है कि ज्यों ही पोह दा महीना शुरू हुंदा है समुची सिख कौम देशां विदेशां चों छोटे साहिबजादे अते वड्डे साहिबजादे माता गुजरी जी दी शहादत नूं नम अखां नाल चमकौर साहिब अते श्री फतेहगढ़ साहिब विखे नतमस्तक हुंदियां हन। ਰਮਨਜੀਤ ਕੌਰ ਮੈਂ ਅੱਜ ਜਿਹੜਾ ਸਰਕਾਰੀ ਸਕੂਲ ਵਿੱਚ ਗੁਰਬਾਣੀ ਦਾ ਜਾਪ ਕਰਵਾਇਆ ਗਿਆ ਇਸ ਸੋਨ ਵਿੱਚ ਸਰ ਵਿਭਾਗ ਦੇ ਵੱਲੋਂ ਸਾਨੂੰ ਹਦਾਇਤਾਂ ਹੋਈਆਂ ਨੇ ਕਿ ਅਸੀਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸੰਬੰਧ ਦੇ ਵਿੱਚ ਵਿਸ਼ੇਸ਼ ਪ੍ਰੋਗਰਾਮ ਆ ਜਿਹੜੇ ਉਹਨਾਂ ਨੂੰ ਕਰਵਾਈਏ ਜਿਹਦੇ ਵਿੱਚ ਕਵਿਤਾ ਉਚਾਰਨ ਭਾਸ਼ਣ ਮੁਕਾਬਲੇ ਪੇਂਟਿੰਗ ਮੁਕਾਬਲੇ ਨੇ ਜਿਹੜੇ ਉਹ ਕਰਵਾਏ ਜਾ ਰਹੇ ਨੇ। ਇਸੇ ਲੜੀ ਤਹਿਤ ਇਸ ਪਿੰਡ ਦੇ ਵਿੱਚੋਂ ਜੀ ਐਸ ਪੂਨਰ ਜੀ ਉਹਨਾਂ ਦੇ ਸਹਿਯੋਗ ਦੇ ਨਾਲ ਵਿਦਿਆਰਥੀਆਂ ਨੂੰ ਅੱਜ ਪਹਿਲਾਂ ਸਤਨਾਮ ਵਾਹਿਗੁਰੂ ਜੀ ਦਾ ਜਾਪ ਸੀ ਜਿਹੜਾ ਉਹ ਕਰਵਾਇਆ ਗਿਆ ਅਤੇ ਉਸ ਤੋਂ ਬਾਅਦ ਸਿੱਖ ਇਤਿਹਾਸ ਬਾਰੇ ਜਿਸ ਦੇ ਵਿੱਚ ਵਿਸ਼ੇਸ਼ ਕਰਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਜਿਸ ਵਿੱਚ ਵੱਡੇ ਸਾਹਿਬਜ਼ਾਦਿਆਂ ਦੇ ਸਾਕੇ ਸੰਬੰਧੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਾਕੇ ਸੰਬੰਧੀ ਬੱਚਿਆਂ ਨੂੰ ਵਿਸਥਾਰਪੂਰਵਕ ਸੀ ਜਿਹੜਾ ਉਹ ਦੱਸਿਆ ਗਿਆ। ਇਸ ਮੌਕੇ ਸਮੂਹ ਸਟਾਫ ਮੈਂਬਰਸ ਨੇ ਵੀ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਦੇ ਬਾਰੇ ਜਾਣੂ ਸੀ ਜਿਹੜਾ ਉਹ ਕਰਵਾਇਆ। ਹਰਪ੍ਰੀਤ ਸਿੰਘ ਜੀ ਹਾਂਜੀ, ਐਕਚੁਅਲ ਸਾਨੂੰ ਸਾਰਿਆਂ ਨੂੰ ਪਤਾ ਜੋ ਵੀ ਸਿੱਖ ਉਹਦਾ ਜਦੋਂ ਪੋਹ ਦਾ ਮਹੀਨਾ ਸ਼ੁਰੂ ਹੁੰਦਾ ਉਦੋਂ ਹੀ ਸਾਡੇ ਜਿਹੜੇ ਸਿੱਖ ਇਤਿਹਾਸ ਦੀ ਮੇਨ ਸ਼ਹਾਦਤਾਂ ਦੇ ਦਿਨ ਸ਼ੁਰੂ ਹੋ ਜਾਂਦੇ ਨੇ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਮੂਹ ਪਰਿਵਾਰ ਦਾ ਵਿਛੋੜਾ, ਮਾਤਾ ਗੁਜਰ ਕੌਰ ਦੀ ਸ਼ਹੀਦੀ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਨਾਲ ਇਹ ਦਿਨ ਸੰਬੰਧਿਤ ਹੁੰਦੇ ਨੇ। ਇਸ ਦੇ ਤਹਿਤ ਹੀ ਵਿਭਾਗੀ ਹਦਾਇਤਾਂ ਵੀ ਸੀ ਕਿ 23 ਤਰੀਕ ਨੂੰ ਜਿਹੜਾ ਇੱਕ ਪ੍ਰੋਗਰਾਮ ਉਹ ਲਿਖਿਆ ਜਾਵੇ ਜਿਹਦੇ ਤਹਿਤ ਬੱਚਿਆਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਤਹਿਤ ਦੇ ਬਾਰੇ ਹੈ ਨਾ ਥੋੜ੍ਹੀ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਵੇ, ਉਹਦੇ ਦੇ ਸੰਬੰਧ ਦੇ ਵਿੱਚ ਪ੍ਰੋਗਰਾਮ ਕਰਵਾਇਆ ਜਾਵੇ। ਇਸ ਤਹਿਤ ਹੀ ਇਸ ਪਿੰਡ ਦੇ ਕੁਝ ਸਹਿਯੋਗੀ ਸੱਜਣ ਸੀਗੇ ਜਿਵੇਂ ਜੇ ਐਸ ਪੂਨਰ ਜੀ, ਉਹਨਾਂ ਦੇ ਸਹਿਯੋਗ ਦੇ ਨਾਲ ਪਿੰਡ ਦੇ ਵਿੱਚ ਸਕੂਲ ਦੇ ਵਿੱਚ ਬੱਚਿਆਂ ਦੇ ਗੁਰਬਾਣੀ ਦਾ ਜਾਪ ਕਰਵਾਇਆ ਗਿਆ ਕਿਉਂਕਿ ਜਿਹੜੀ 10:45 'ਤੇ ਵੀ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ ਅਤੇ ਉਸੇ ਤਹਿਤ ਉਸ ਚੀਜ਼ ਨੂੰ ਸਮਰਪਿਤ ਹੀ ਹੈ ਜਿਹੜੀ ਡੈਡੀਕੇਟ ਕੀਤਾ ਗਿਆ ਸੀ ਵਾਹਿਗੁਰੂ ਦਾ ਸਿਮਰਨ ਜਿਹੜਾ ਸੀ। ਹਾਂਜੀ ਸਰ, ਇਸ ਤਹਿਤ ਹਰਪ੍ਰੀਤ ਸਿੰਘ ਅਤੇ ਮੈਡਮ ਰਮਨ ਅਤੇ ਜੇ ਐਸ ਕੂਨਰ ਜੀ ਦੁਆਰਾ ਇੱਕ ਸਪੀਚ ਦਿੱਤੀ ਗਈ ਸੀ ਜਿਹਦੇ ਤਹਿਤ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਕਿੱਦਾਂ ਹੁੰਦੀ ਆ ਅਤੇ ਛੋਟੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਕਿੱਦਾਂ ਹੁੰਦੀ ਆ ਜਾਂ ਗੁਰੂ ਇਤਿਹਾਸ ਸੀਗਾ ਜਿਹੜਾ ਸਿੱਖ ਇਤਿਹਾਸ ਆ ਉਹਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਬੱਚਿਆਂ ਨੂੰ ਦਿੱਤੀ ਗਈ। ਮੇਰਾ ਨਾਮ ਜਗਜੀਤ ਸਿੰਘ ਉਰਫ ਜਗਦੀਸ਼ ਸਿੰਘ, ਮੈਨੂੰ ਜਾਣਦੇ ਨੇ ਜੇ ਐਸ ਓਨਰ ਕਰਕੇ ਸਾਰੇ। ਮੈਂ ਸ਼ੁਰੂ ਤੋਂ ਹੀ ਆਪਣੇ ਧਰਮ ਦੇ ਵਿੱਚ ਬਹੁਤ ਪਰਪੱਕ ਹਾਂ ਅਤੇ ਇਹ ਸਾਨੂੰ ਸਾਡੇ ਧਾਰਮਿਕ ਰਹਿਬਰਾਂ ਨੇ, ਸਾਡੇ ਪ੍ਰਚਾਰਕਾਂ ਨੇ, ਪ੍ਰਚਾਰ ਕਰਨ ਵਾਲਿਆਂ ਨੇ ਅਤੇ ਗੌਰਮੈਂਟ ਦਾ ਵੀ ਉਪਰਾਲਾ ਸੀ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜਿਆਂ ਨੂੰ ਸਮਾਗਮ ਕੀਤੇ ਜਾਣ, ਉਹਨਾਂ ਨੂੰ ਯਾਦ ਕਰਦਿਆਂ ਮਹਾਰਾਜ ਦਾ ਸਿਮਰਨ ਕੀਤਾ ਜਾਵੇ, ਕਰਵਾਇਆ ਜਾਵੇ। ਇਸ ਲਈ ਮੈਂ ਮੇਰੇ ਮਨ ਦੇ ਵਿੱਚ ਇਹ ਤਰੰਗ ਉੱਠੀ ਅਤੇ ਮੈਨੂੰ ਹੋਰ ਵੀ ਇੱਕ ਦੋ ਐਜੂਕੇਸ਼ਨ ਡਿਪਾਰਟਮੈਂਟ ਦੇ ਇੱਕ ਅਧਿਕਾਰੀ ਦਾ ਫੋਨ ਵੀ ਆਇਆ ਕਿ ਕੁੰਦਰ ਸਾਹਿਬ ਆਹ ਤਿਆਰ ਕਰੋ, ਮੇਰਾ ਅੱਜ ਪਟਿਆਲੇ ਜਾਣ ਦਾ ਪ੍ਰੋਗਰਾਮ ਸੀ ਉਹ ਮੈਂ ਸਾਰਾ ਕੈਂਸਲ ਕਰਕੇ ਘੜੀ ਦੀ ਘੜੀ ਆ ਕੇ ਸਕੂਲ ਦੇ ਵਿੱਚ ਸਾਰਾ ਪ੍ਰਬੰਧ ਕਰਵਾਇਆ। ਇੰਚਾਰਜ ਮਿਸਟਰ ਸਕੂਲ ਦੇ ਬੀਬੀ ਰਮਨਜੀਤ ਕੌਰ ਜੀ, ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਕਿਉਂਕਿ ਇਹਨਾਂ ਨੂੰ ਪਤਾ ਕਿ ਮੈਂ ਸਮੇਂ ਸਮੇਂ 'ਤੇ ਆਪਣੇ ਸਕੂਲ ਦੀ ਬਹੁਤ ਜਿੰਨੀ ਮੇਰੇ ਕੋਲੋਂ ਹੁੰਦੀ ਆ ਮੈਂ ਮਦਦ ਕਰਦਾ ਰਹਿੰਦਾ, ਭਾਵੇਂ ਮੇਰੇ ਬੱਚੇ ਸਾਰੇ ਬਾਹਰ ਨੇ, ਉਹ ਇਸ ਸਕੂਲ ਦੇ ਇਸ ਪਿੰਡ ਦੇ ਵਿੱਚ ਨਾਲ ਸੰਬੰਧਿਤ ਨਹੀਂ, ਪਰ ਮੇਰੇ ਦਿਲ ਦੀ ਤਮੰਨਾ ਕਿ ਮੇਰੇ ਸਕੂਲ ਦੇ ਬੱਚੇ ਬਹੁਤ ਹੋਣਹਾਰ ਵਿਦਿਆਰਥੀ ਹੋਣ, ਉੱਚੀਆਂ ਮੱਲਾਂ ਮਾਰਨ, ਮੇਰੇ ਸਕੂਲ ਦਾ, ਮੇਰੇ ਪਿੰਡ ਦਾ ਨਾਮ ਰੋਸ਼ਨ ਕਰਨ।
ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਆਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ।